ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਮਾਸਟਰ ਕਾਰਡ ਪੰਜਾਬੀ ਅਤੇ ਸਮਾਜਿਕ ਸਿੱਖਿਆ ਦੀ ਤਿਆਰੀ ਪੰਜਾਬੀ ਮੀਡੀਅਮ ਚ ਕਰਨ ਲਈ ਸਾਡੇ YouTube ਚੈਨਲ ਨਾਲ ਜਰੂਰ ਜੁੜੋ ਜਿੰਨਾ ਵੀ ਵਿਦਿਆਰਥੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਹ ਵਿਦਿਆਰਥੀ ਸਾਥੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਲੋੜੀ ਦੀ ਜਾਣਕਾਰੀ ਮਿਲਦੀ ਰਹੇ ਇਸ ਤੋਂ ਇਲਾਵਾ ਤੁਸੀਂ ਸਾਡੇ WhatsApp ਗਰੁੱਪ ਤੇ ਟੈਲੀਗ੍ਰਾਮ ਗਰੁੱਪ ਦਾ ਵੀ ਹਿੱਸਾ ਬਣ ਸਕਦੇ ਹੋ ਇਸ ਦੇ ਲਈ ਸਾਨੂੰ ਮੈਸੇਜ ਕਰ ਸਕਦੇ ਹੋ 971500 8800 ਇਸ ਤੋਂ ਇਲਾਵਾ ਸਾਡੇ WhatsApp ਗਰੁੱਪ ਵਿੱਚ ਕੱਲ 6 ਫਰਵਰੀ ਨੂੰ ਸਮਾਜਿਕ ਸਿੱਖਿਆ ਮਾਸਟਰ ਕਾਰਡਰ ਦਾ ਜੋ ਗਿਆਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਉਸ ਦਾ ਵੀ ਜਰੂਰ ਹਿੱਸਾ ਬਣਿਓ ਇਸ ਦੇ ਲਈ ਤੁਸੀਂ 971500 8800 ਤੇ WhatsApp ਮੈਸੇਜ ਕਰਕੇ ਐਡ ਹੋ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਜੋ ਸਾਹਿਤਕਾਰਾਂ ਨੂੰ ਹੁਣ ਤੱਕ ਮਿਲੇ ਹਨ ਉਹਨਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਅੱਜ ਦੀ ਵੀਡੀਓ ਵਿੱਚ ਸ਼ੁਰੂ ਕਰਦੇ ਹਾਂ ਭਾਈ ਵੀਰ ਸਿੰਘ ਨੂੰ ਸਾਹਿਤ ਅਕਾਦਮੀ ਅਵਾਰਡ 1955 ਈਸਵੀ ਵਿੱਚ ਮਿਲਿਆ ਸੀ ਇਹ ਪੁਰਸਕਾਰ ਉਹਨਾਂ ਨੂੰ ਮੇਰੇ ਸਾਈਆਂ ਜੀਓ ਕਵਿਤਾ ਲਈ ਮਿਲਿਆ ਸੀ ਅਮਰਤਾ ਪ੍ਰੀਤਮ ਨੂੰ 1956 ਸੁਨੇਹੜੇ ਕਵਤਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਪ੍ਰੋਫੈਸਰ ਮੋਹਨ ਸਿੰਘ ਨੂੰ ਕਵਿਤਾ ਵੱਡਾ ਵੇਲਾ ਦੇ ਲਈ 1959 ਨਾਨਕ ਸਿੰਘ ਨੂੰ ਸਾਹਿਤ ਅਕਾਦਮੀ ਪੁਰਸਕਾਰ 1961 ਵਿੱਚ ਨਾਵਲ ਦੇ ਲਈ ਮਿਲਿਆ ਸੀ ਨੈਕਸਟ ਕਰਾਂਗੇ ਬਲਵੰਤ ਗਾਰਗੀ ਨੂੰ 1962 ਈਸਵੀ ਵਿੱਚ ਰੰਗਮंच ਖੋਜ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਪ੍ਰਭਜੋਤ ਕੌਰ ਨੂੰ 1964 ਈਸਵੀ ਵਿੱਚ ਉਸ ਦੀ ਕਵਿਤਾ ਪੱਬੀ ਦੇ ਲਈ ਪੁਰਸਕਾਰ ਮਿਲਿਆ ਸੀ ਨੈਕਸਟ ਹੈ ਕਰਤਾਰ ਸਿੰਘ ਦੁੱਗਲ ਉਹਨਾਂ ਦੀ ਰਚਨਾ ਨਿੱਕੀ ਕਹਾਣੀ ਇੱਕ ਛਿੱਟ ਚਾਨਣ ਦੀ ਦੇ ਲਈ 1965 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਸ਼ਿਵ ਕੁਮਾਰ ਬਟਾਲਵੀ ਨੂੰ ਉਹਨਾਂ ਦੇ ਮਹਾਕਾਵ ਲੂਣਾ ਲਈ 1967 ਈਸਵੀ ਵਿੱਚ ਪੁਰਸਕਾਰ ਮਿਲਿਆ ਸੀ ਤੇ ਕੁਲਵੰਤ ਸਿੰਘ ਵਿਰਕ ਨੂੰ 1968 ਈਸਵੀ ਵਿੱਚ ਨਵੇਂ ਲੋਕ ਲਈ ਉਹਨਾਂ ਦੀ ਜੋ ਨਿੱਕੀ ਕਹਾਣੀ ਰਚਨਾ ਸੀ ਉਸ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਡਾਕਟਰ ਹਰਪਜਨ ਸਿੰਘ ਨੂੰ 1969 ਈਸਵੀ ਵਿੱਚ ਨਾ ਧੁੱਪੇ ਨਾ ਸ਼ਾਮੇ ਕਵਤਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਕਰਾਂਗੇ ਦਲੀਪ ਕੌਰ ਟਿਵਾਣਾ ਨੂੰ 1971 ਈਸਵੀ ਵਿੱਚ ਇਹੋ ਹਮਾਰਾ ਜੀਵਨਾ ਨਾਵਲ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ 12 ਨੰਬਰ ਤੇ ਹੈ ਸੰਤ ਸਿੰਘ ਸੇਖੋ 1972 ਈਸਵੀ ਵਿੱਚ ਉਹਨਾਂ ਨੂੰ ਮਿੱਤਰ ਪਿਆਰਾ ਨਾਟਕ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਹਰਚਰਨ ਸਿੰਘ ਨੂੰ ਉਹਨਾਂ ਦੇ ਨਾਟਕ ਕੱਲ ਅੱਜ ਤੇ ਭਲਕ ਲਈ 1973 ਈਸਵੀ ਵਿੱਚ ਪੁਰਸਕਾਰ ਮਿਲਿਆ ਸੀ ਸੋਨ ਸਿੰਘ ਸ਼ੀਤਲ 1974 ਯੁੱਗ ਬਦਲ ਗਿਆ ਨਾਵਲ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਗੁਰਦਿਆਲ ਸਿੰਘ ਨੂੰ ਉਹਨਾਂ ਦੇ ਨਾਵਲ ਅਧ ਚੰਦਨੀ ਰਾਤ ਲਈ ਕਦੋਂ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ 1975 ਨੈਕਸਟ ਕਰਾਂਗੇ ਕਰਨਲ ਨਰਿੰਦਰਪਾਲ ਸਿੰਘ ਨੂੰ ਉਹਨਾਂ ਦੇ ਨਾਵਲ ਵਾਹ ਮਲਾਜਾ ਹੋਸ਼ਿਆਰ ਦੇ ਲਈ 1976 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਸੋਹਣ ਸਿੰਘ ਨੀਸਾ ਨੂੰ ਉਹਨਾਂ ਦੀ ਕਵਿਤਾ ਕੱਚ ਦੇ ਵਸਤਰ ਲਈ ਕਦੋਂ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ 1977 ਈਸਵੀ ਵਿੱਚ ਨੈਕਸਟ ਕਰਾਂਗੇ ਗੁਰਮਖ ਸਿੰਘ ਮੁਸਾਫਰ ਉਹਨਾਂ ਨੂੰ ਉਹ ਆਪਣੀ ਨਿੱਕੀ ਕਹਾਣੀ ਦੇ ਲਈ ਜੋ ਉਰਵਰ ਪਾਰ ਸੀ ਲਈ ਸਾਹਿਤ ਅਕਾਦਮੀ ਪੁਰਸਕਾਰ 1978 ਈਸਵੀ ਵਿੱਚ ਮਿਲਿਆ ਸੀ ਜਸਵੰਤ ਸਿੰਘ ਨੇਕੀ ਨੂੰ 1979 ਈਸਵੀ ਵਿੱਚ ਉਨ੍ਹਾਂ ਦੀ ਕਿਹੜੀ ਕਵਿਤਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਕਰੂਨਾ ਦੀ ਸ਼ੋਹ ਤੋਂ ਮਗਰੋਂ ਸੁਖਪਾਲ ਵੀਰ ਹਸਰਤ 1980 ਵਿੱਚ ਉਨ੍ਹਾਂ ਨੂੰ ਕਵਿਤਾ ਸੂਰਜ ਤੇ ਕਹਿਕਸ਼ਾਂ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਵੀ ਐਨ तिवारी ਨੂੰ 1981 ਈਸਵੀ ਵਿੱਚ ਗੈਰਜ ਤੋਂ ਫੁੱਟਪਾਥ ਤੱਕ ਜੋ ਉਹਨਾਂ ਦੀ ਕਵਿਤਾ ਸੀ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਹੈ ਗੁਲਜਾਰ ਸਿੰਘ ਸੰਧੂ ਉਹਨਾਂ ਨੂੰ 1982 ਈਸਵੀ ਵਿੱਚ ਉਹਨਾਂ ਦੀ ਨਿੱਕੀ ਕਹਾਣੀ ਅਮਰ ਕਥਾ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਹੈ ਪ੍ਰੀਤਮ ਸਿੰਘ ਸਫੀਰ ਨੂੰ ਉਹਨਾਂ ਦੀ ਕਵਿਤਾ ਅਨਿਕ ਵਿਸਥਾਰ ਲਈ 1983 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਨੈਕਸਟ ਕਰਾਂਗੇ 24 ਕਪੂਰ ਸਿੰਘ ਘੁੰਮਣ ਨੂੰ 1984 ਈਸਵੀ ਵਿੱਚ ਉਨ੍ਹਾਂ ਦੇ ਨਾਟਕ ਪਾਗਲ ਲੋਕ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਅਜੀਤ ਕੌਰ ਨੂੰ ਉਨ੍ਹਾਂ ਦੀ ਸਵੈ ਜੀਵਨੀ ਖਾਨਾ ਵਿਦੋਸ਼ ਲਈ 1985 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਸੁਜਾਨ ਸਿੰਘ 1986 ਵਿੱਚ ਕਿਹੜੀ ਰਚਨਾ ਲਈ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਸ਼ਹਿਰ ਤੇ ਗ੍ਰਾਂ ਉਨ੍ਹਾਂ ਦੇ ਕਹਾਣੀ ਸੰਗ੍ਰਹਿ ਲਈ ਇਹ ਪੁਰਸਕਾਰ ਮਿਲਿਆ ਸੀ RAM ਸਰੂਪ ਅਣਖੀ ਉਹਨਾਂ ਨੂੰ 1987 ਈਸਵੀ ਵਿੱਚ ਉਹਨਾਂ ਦੇ ਨਾਵਲ ਕੋਠੇ ਖੜਕ ਸਿੰਘ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਕਰਾਂਗੇ ਬੰਜ਼ਾਰਾ ਵੇਦੀ ਨੂੰ 1988 ਈਸਵੀ ਵਿੱਚ ਗਲਿਏ ਚਿੱਕੜ ਦੂਰ ਘਰ ਉਹਨਾਂ ਦੀ ਸਵੈ ਜੀਵਨੀ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਤਾਰਾ ਸਿੰਘ ਕੰਮਲ ਨੂੰ ਕਿਹੜੀ ਕਵਿਤਾ ਲਈ 1999 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਕਹਿ ਕਸ਼ਾ ਉਹਨਾਂ ਦੀ ਕਵਿਤਾ ਕਹਿ ਕਸ਼ਾ ਲਈ ਪੁਰਸਕਾਰ ਮਿਲਿਆ ਸੀ ਨੈਕਸਟ ਹੈ 30 ਮਨਜੀਤ ਟਿਵਾਣਾ ਉਹਨਾਂ ਨੂੰ ਉਨ੍ਹਾਂ ਦੀ ਕਵਤਾ ਉਨ੍ਹਾਂ ਦਾ ਵਾਤਾਵਰਨ ਵਰਤਮਾਨ ਉਨ੍ਹਾਂ ਦਾ ਵਾ ਵਰਤਮਾਨ ਲਈ 1990 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਹੈ ਹਰਿੰਦਰ ਸਿੰਘ ਮਹਿਬੂਬ ਉਹਨਾਂ ਨੂੰ 1991 ਈਸਵੀ ਵਿੱਚ ਕਿਹੜੀ ਕਵਤਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਚਨਾ ਦੀ ਰਾਤ ਪ੍ਰੇਮ ਪ੍ਰਕਾਸ਼ ਨੂੰ 1992 ਈਸਵੀ ਵਿੱਚ ਉਨ੍ਹਾਂ ਦੀ ਨਿੱਕੀ ਕਹਾਣੀ ਕੁਝ ਅਣ ਕਿਹਾ ਵੀ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਕਰਾਂਗੇ ਸਰਜੀਤ ਪਾਤਰ 1993 ਈਸਵੀ ਵਿੱਚ ਉਨ੍ਹਾਂ ਨੂੰ ਕਵਿਤਾ ਹਨੇਰੇ ਵਿੱਚ ਸੁਲਗ ਦੀ ਵਰਨਮਾਲਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਹੈ 34 ਮਹਿੰਦਰ ਸਿੰਘ ਸ਼ਰਨਾ 1994 ਈਸਵੀ ਵਿੱਚ ਨਵੇਂ ਯੁੱਗ ਦੇ ਵਾਰਸ ਨਿੱਕੀ ਕਹਾਣੀ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਡਾਕਟਰ ਜਗਤਾਰ ਜੁਗਨੂ ਦੀਵਾ ਤੇ ਦਰਿਆ ਕਵਿਤਾ ਲਈ ਪੁਰਸਕਾਰ ਮਿਲਿਆ ਸੀ ਨੈਕਸਟ ਹੈ ਸੰਤੋਖ ਸਿੰਘ ਧੀਰ 1996 ਈਸਵੀ ਵਿੱਚ ਉਹਨਾਂ ਨੂੰ ਕਿਹੜੀ ਰਚਨਾ ਲਈ ਪੁਰਸਕਾਰ ਮਿਲਿਆ ਸੀ ਕਹਾਣੀ ਪੱਖੀ ਲਈ ਜਸਵੰਤ ਸਿੰਘ ਕਮਲ ਨੂੰ ਉਹਨਾਂ ਦੇ ਨਾਵਲ ਤੌਸ਼ਾਲੀ ਦੀ ਹੰਸੂ ਲਈ 1997 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਕਰਾਂਗੇ 38 ਮੋਨ ਪੰਡਾਰੀ ਨੂੰ ਕਿਹੜੀ ਰਚਨਾ ਲਈ ਪੁਰਸਕਾਰ ਮਿਲਿਆ ਸੀ ਉਹਨਾਂ ਦੀ ਨਿੱਕੀ ਕਹਾਣੀ ਮੂਨ ਦੀ ਅੱਖ ਲਈ 1900 98 ਇਸਵੀ ਵਿੱਚ ਨਰੰજન ਤਸਨੀਮ ਨੂੰ ਉਹਨਾਂ ਦੇ ਨਾਵਲ ਗਵਾਚੇ ਅਰਥ ਲਈ 1999 ਇਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਹੈ ਬ੍ਰਿ얌 ਸੰਧੂ ਨੂੰ 2000 ਵਿੱਚ ਚੌਥੀ ਕੂਟ ਉਹਨਾਂ ਦੀ ਨਿੱਕੀ ਕਹਾਣੀ ਲਈ ਪੁਰਸਕਾਰ ਮਿਲਿਆ ਸੀ ਨੈਕਸਟ ਦੇਵ ਉਹਨਾਂ ਨੂੰ 2001 ਵਿਚ ਸ਼ਬਦਾਂਤ ਕਵਤਾ ਲਈ ਪੁਰਸਕਾਰ ਮਿਲਿਆ ਸੀ ਹਰਪਾਜਨ ਸਿੰਘ ਹਲਵਾਰਵੀ ਉਹਨਾਂ ਨੂੰ 2002 ਵਿੱਚ ਪੁਲਾਂ ਤੋਂ ਪਾਰ ਉਹਨਾਂ ਦੀ ਕਵਤਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਹੈ 43 ਚਰਨਦਾਸ ਸਿੱਧੂ ਨੂੰ 2003 ਵਿੱਚ ਸ਼ਹੀਦ ਭਗਤ ਸਿੰਘ ਨਾਟਕ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਇਸ ਨੂੰ ਟਿਕੜੀ ਨਾਟਕ ਵੀ ਕਿਹਾ ਜਾਂਦਾ ਹੈ ਨੈਕਸਟ ਹੈ ਸਤਿੰਦਰ ਸਿੰਘ ਨੂਰ ਨੂੰ 2004 ਵਿੱਚ ਕਵਿਤਾ ਦੀ ਭੂਮਿਕਾ ਜੋ ਉਹਨਾਂ ਦੀ ਆਲੋਚਨਾ ਸੀ ਉਹਨਾਂ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਹੈ 45 ਗੁਰਚਰਨ ਸਿੰਘ ਪੁੱਲਰ ਨੂੰ 2005 ਵਿੱਚ ਅਗਨੀ ਕਲਸ਼ ਨਿੱਕੀ ਕਹਾਣੀ ਲਈ ਪੁਰਸਕਾਰ ਮਿਲਿਆ ਅਜਮੇਰ ਸਿੰਘ ਔਲਖ ਨੂੰ 2006 ਵਿੱਚ ਇਸ਼ਕਵਾਜ ਨਮਾਜ਼ ਦਾ ਹੱਜ ਨਾਹੀਂ ਜੋ ਉਹਨਾਂ ਦਾ ਨਾਟਕ ਸੀ ਲਈ ਪੁਰਸਕਾਰ ਮਿਲਿਆ ਸੀ ਨੈਕਸਟ ਕਰਾਂਗੇ ਜਸਵੰਤ ਸਿੰਘ ਦੀਦ ਉਹਨਾਂ ਨੂੰ ਉਹਨਾਂ ਦੀ ਕਵਿਤਾ ਕਮੰਡਲ ਦੇ ਲਈ 2007 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਮਿੱਤਰ ਸੈਣ ਮੀਤ ਨੂੰ 2008 ਵਿੱਚ ਉਹਨਾਂ ਦੇ ਨਾਵਲ ਸੁਧਾਰ ਕਰਨ ਲਈ ਨੈਕਸਟ ਹੈ ਆਤਮਜੀਤ ਨੂੰ 2009 ਵਿੱਚ 33 ਤਵੀ ਦਾ ਸੱਚ ਨਾਟਕ ਲਈ ਪੁਰਸਕਾਰ ਮਿਲਿਆ ਸੀ ਨੈਕਸਟ ਹੈ ਬਨੀਤਾ ਉਹਨਾਂ ਨੂੰ 2010 ਈਸਵੀ ਵਿੱਚ ਕਾਲ ਪੈਰ ਤੇ ਘੜੀਆਂ ਜੋ ਉਹਨਾਂ ਦੀ ਕਵਿਤਾ ਸੀ ਲੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਬਲਦੇਵ ਸਿੰਘ ਸੜਕਨਾਵਾ ਉਹਨਾਂ ਨੂੰ ਢਾਵਾਂ ਦਿੱਲੀ ਦੇ ਕਿੰਗਰੇ ਨਾਵਲ ਲਈ 2011 ਈਸਵੀ ਵਿੱਚ ਪੁਰਸਕਾਰ ਮਿਲਿਆ ਸੀ ਦਰਸ਼ਨ ਬੁੱਟਰ ਨੂੰ 2012 ਈਸਵੀ ਵਿੱਚ ਉਹਨਾਂ ਦੀ ਕਵਿਤਾ ਮਹਾ ਕੰਬਣੀ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਨੈਕਸਟ ਹੈ ਡਾਕਟਰ ਮਨਮੋਹਨ ਉਹਨਾਂ ਨੂੰ 2013 ਈਸਵੀ ਵਿੱਚ ਨਿਰਵਾਣ ਜੋ ਉਹਨਾਂ ਦਾ ਨਾਵਲ ਸੀ ਉਸ ਦੇ ਲਈ ਪੁਰਸਕਾਰ ਮਿਲਿਆ ਸੀ ਨੈਕਸਟ ਹੈ 4054 ਜਸਵਿੰਦਰ ਉਹਨਾਂ ਨੂੰ ਅਗਰਵਤੀ ਜੋ ਉਹਨਾਂ ਦੀ ਗਜ਼ਲ ਸੀ ਉਸ ਦੇ ਲਈ 2014 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਡਾਕਟਰ ਜਸਵਿੰਦਰ ਸਿੰਘ ਨੂੰ 2015 ਵਿੱਚ ਉਹਨਾਂ ਦੇ ਨਾਵਲ maat lok ਲਈ ਨੈਕਸਟ ਹੈ ਡਾਕਟਰ ਸਵਰਾਜ ਵੀਰ ਨੂੰ ਉਹਨਾਂ ਦੇ ਨਾਟਕ ਮੱਸਿਆ ਦੀ ਰਾਤ ਲਈ 2016 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਨੈਕਸਟ ਹੈ 79 ਨੂੰ 2017 ਵਿੱਚ ਸਲੋ ਡਾਊਨ ਜੋ ਉਹਨਾਂ ਦਾ ਨਾਵਲ ਸੀ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਨੈਕਸਟ ਹੈ 58 ਡਾਕਟਰ ਮੋਹਨਜੀਤ ਨੂ ਕੋਨੇ ਦਾ ਸੂਰਜ ਜੋ ਉਹਨਾਂ ਦੀ ਕਵਿਤਾ ਸੀ ਲਈ ਕਦੋਂ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ 2018 ਕਿਰਪਾਲ ਕਜਾਕ ਨੂੰ ਅੰਤਹੀਨ ਕਹਾਣੀ ਲਈ 2019 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਗੁਰਦੇਵ ਰਪਾਣਾ ਨੂੰ 2020 ਵਿੱਚ ਆਮ ਖਾਸ ਜੋ ਉਹਨਾਂ ਦਾ ਕਹਾਣੀ ਸੰਗ੍ਰਹਿ ਸੀ ਉਸ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਲਾਸਟ ਤੇ ਕੁਝ ਹੋਰ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਉਹ ਹੈ ਹੁਣ ਤੱਕ ਕਿੰਨੇ ਸਾਹਿਤਕਾਰਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਕਵਿਤਾ ਲਈ ਮਿਲਿਆ ਹੈ ਸਹੀ ਆਨਸਰ ਹੈ 21 ਨੈਕਸਟ ਹੈ 1957 1958 1960 ਅਤੇ 1966 ਈਸਵੀ ਵਿੱਚ ਕੋਈ ਪੁਰਸਕਾਰ ਨਹੀਂ ਦਿੱਤੇ ਗਏ ਸਨ ਤੇ ਸਰਸਵਤੀ ਪੁਰਸਕਾਰ ਕਿਸ ਨੂੰ ਮਿਲਿਆ ਹੈ ਹਰਪਾਜਨ ਸਿੰਘ ਨੂੰ ਉਹਨਾਂ ਦੀ ਕਵਿਤਾ ਰੁੱਖ ਅਤੇ ਰਿਸ਼ੀ ਲਈ ਦਲੀਪ ਕੌਰ ਟਿਵਾਣਾ ਨੂੰ ਉਹਨਾਂ ਦੇ ਨਾਵਲ ਕਥਾ ਕਹੋ ਔਰਵਸੀ ਅਤੇ ਸਰਜੀਤ ਪਾਤਰ ਨੂੰ ਉਹਨਾਂ ਦੀ ਕਵਿਤਾ ਲਫ਼ਜ਼ਾਂ ਦੀ ਦਰਗਾਹ ਲਈ ਜੋ ਉਹਨਾਂ ਦੀ ਕਵਿਤਾ ਸੀ ਲਈ ਸਰਸਵਤੀ ਪੁਰਸਕਾਰ ਮਿਲਿਆ ਹੈ ਲਾਸਟ ਤੇ ਅਮਰਤਾ ਪ੍ਰੀਤਮ ਅਤੇ ਗੁਰਦਿਆਲ ਸਿੰਘ ਨੂੰ ਗਿਆਨਪੀਠ ਪੁਰਸਕਾਰ ਮਿਲੇ ਹਨ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਉਮੀਦ ਹੈ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇਗੀ ਦੇ ਸਾਰੇ ਕੈਂਡੀਡੇਟ ਨੇ ਲਾਸਟ ਤੱਕ ਵੀਡੀਓ ਦੇਖੀ ਹੋਵੇਗੀ ਆਪ ਸਭ ਦਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ